ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋਰ ਦੇਖੋ ਕੱਲ ਆਪਾਂ ਕੰਪਿਊਟਰ ਦੀ ਪਹਿਲੀ ਕਲਾਸ ਸਟਾਰਟ ਕੀਤੀ ਸੀ ਜਿਸ ਵਿੱਚ ਆਪਾਂ ਕੰਪਿਊਟਰ ਨਾਲ ਜਾਣ ਪਛਾਣ ਕੀਤੀ ਸੀ ਜੇ ਉਹ ਕਲਾਸ ਨਹੀਂ ਦੇਖੀ ਤਾਂ ਚੈਨਲ ਤੇ ਜਾ ਕੇ ਉਹ ਕਲਾਸ ਵਿੱਚ ਜਰੂਰ ਵਿਜ਼ਿਟ ਕਰ ਲਿਓ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਨਰੇਸ਼ਨਸ ਬਾਰੇ ਕੰਪਿਊਟਰ ਦੀ ਜਿੰਨੀ ਵੀ ਜਨਰੇਸ਼ਨ ਹੈ ਤੇ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਜਨਰੇਸ਼ਨਸ ਵਿੱਚੋਂ ਬਣਦੇ ਨੇ ਉਹ ਕਵਰ ਕਰਾਂਗੇ ਮੇਨ ਮੇਨ ਪੁਆਇੰਟ ਹੀ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਗਏ ਨੇ ਜਿਹੜੇ ਕਿ ਐਗਜ਼ਾਮ ਓਰੀਐਂਟਡ ਕਾਫੀ ਇੰਪੋਰਟੈਂਟ ਨੇ ओके ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਲਿਓ ਠੀਕ ਹੈ ਤੇ ਇੱਕ ਗੱਲ ਹੋਰ ਦੋਸਤੋ ਜੇ ਹਾਲੇ ਤੱਕ ਤੁਸੀਂ ਸਾਡਾ WhatsApp ਗਰੁੱਪ ਨਹੀਂ ਜੋਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਜਦੋਂ ਇਹ ਵੀਡੀਓ ਤੁਸੀਂ ਵਿਜ਼ਿਟ ਕਰ ਲਈ ਜਾ ਕੇ WhatsApp ਗਰੁੱਪ ਨੂੰ ਵੀ ਜ਼ਰੂਰ ਜੋਇਨ ਕਰ ਲਿਓ ਉਸ ਵਿੱਚ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਕਲਾਸੇਸ ਦੀ ਤੇ ਪੰਜਾਬ ਪੁਲਿਸ ਭਰਤੀ ਬਾਰੇ ਮਿਲਦੀ ਰਹੂਗੀ ਓਕੇ ਤੇ ਹੁਣ ਆਪਾਂ ਗੱਲ ਕਰ ਲੀਨੇ ਆ generations of computer class 2 ਇਹ ਆਪਣੀ ਓਕੇ ਸਭ ਤੋਂ ਪਹਿਲਾਂ ਇਹ ਇਗਜ਼ਾਮ ਵਿੱਚ ਨਾਰਮਲ ਜਿਹਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਟੋਟਲ ਆਪਾਂ ਕਿੰਨੀ ਕੰਪਿਊਟਰ ਦੀ ਜਨਰੇਸ਼ਨ ਤੋਂ ਜਾਣ ਪਛਾਣਾ ਠੀਕ ਹੈ ਤਾਂ ਟੋਟਲ 5 ਪੀੜ੍ਹੀਆਂ ਆ ਚੁੱਕੀਆਂ ਨੇ ਕੰਪਿਊਟਰ ਦੀਆਂ ਜੋ ਹਾਲੇ ਤੱਕ ਆਪਾਂ ਯੂਜ਼ ਕਰ ਰਹੇ ਆ ਇਸ ਟਾਈਮ ਆਪਾਂ ਯੂਜ਼ ਕਰ ਰਹੇ ਇਹ 5th ਪੀੜ੍ਹੀ ਵਿੱਚ ਆਉਂਦੇ ਨੇ ਯਾਨੀ 5th ਜਨਰੇਸ਼ਨ ਵਿੱਚ ਆਉਂਦੇ ਨੇ ਕੰਪਿਊਟਰ ਓਕੇ ਤੇ ਹੁਣ ਆਪਾਂ ਗੱਲ ਕਰੀਏ ਫਰਸਟ ਜਨਰੇਸ਼ਨ ਔਫ ਕੰਪਿਊਟਰ ਠੀਕ ਹੈ ਨੋਟ ਕਰਦੇ ਰਹੋ ਨਾਲ ਦੀ ਨਾਲ ਆਪਣੇ ਹੈਂਡ ਮੇਡਸ ਨੋਟਸ ਬਣਾਓ ਹਰ ਐਗਜ਼ਾਮ ਵਾਸਤੇ ਇਹ ਨੋਟਸ ਕਮ ਆਉਣਗੇ ਤੁਹਾਨੂੰ ਠੀਕ ਹੈ ਕੋਈ ਬੁੱਕ ਬਾਈ ਕਰਨ ਦੀ ਜਰੂਰਤ ਨਹੀਂ ਹੈ ਬਸ ਨੋਟਸ ਤੁਸੀਂ ਡੈਡੀ ਕਰਦੇ ਰਹੋ ਤਾਂ ਗੱਲ ਕਰੀਏ ਆਪਾਂ ਫਰਸਟ ਜਨਰੇਸ਼ਨ ਦੇ ਕੰਪਿਊਟਰ ਦੀ ਜਿਹੜੇ ਸਾਲ 1940 ਤੋਂ ਲੈ ਕੇ 1956 ਦੇ ਦੌਰਾਨ ਬਣੇ ਸੇ ਕੰਪਿਊਟਰ ਉਹਨਾਂ ਨੂੰ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਠੀਕ ਹੈ ਇਹ ਡੇਟ ਵੀ ਯਾਦ ਰੱਖਿਓ एग्जाम ਵਿੱਚ ਪੁੱਛਿਆ ਜਾਂਦਾ ਹੈ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਫਰਸਟ ਜਨਰੇਸ਼ਨ ਦੀ ਟਾਈਮ ਪੀਰੀਅਡ ਕੀ ਸੀ ਤਾਂ 1940 ਤੋਂ ਲੈ ਕੇ 1956 ਦੇ ਵਿਚਕਾਰ ਜਿਹੜੇ ਵੀ ਕੰਪਿਊਟਰ ਬਣੇ ਆ ਉਹ ਫਰਸਟ ਜਨਰੇਸ਼ਨ ਦੇ ਆਧਾਰ ਵਿੱਚ ਆਉਂਦੇ ਨੇ ਠੀਕ ਹੈ ਹੁਣ ਆਪਾਂ ਗੱਲ ਕਰੀਏ ਇਹਨਾਂ ਕੰਪਿਊਟਰ ਵਿੱਚ ਕੀ ਕੁਝ ਇੰਪੋਰਟੈਂਟ ਸੀ ਜਿਹੜਾ एग्जाम ਵਿੱਚ ਪੁੱਛਿਆ ਜਾਂਦਾ ਤਾਂ ਪਹਿਲੀ ਕੰਪਿਊਟਰ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਵੈਕਿਊਮ ਟਿਊਬ ਦੀ ਵਰਤੋਂ ਕੀਤੀ ਜਾਂਦੀ ਸੀ एग्जाम ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਫਰਸਟ ਜਨਰੇਸ਼ਨ ਦੇ ਕੰਪਿਊਟਰ ਵਿੱਚ ਕੀ ਚੀਜ਼ ਯੂਜ਼ ਹੁੰਦੀ ਸੀ ਤਾਂ ਵੈਕਿਊਮ ਟਿਊਬ ਤੁਸੀਂ ਯਾਦ ਰੱਖਿਓ ਇਹ ਸਿਰਫ ਫਰਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਹੁੰਦੇ ਸੀ ਇਸ ਤੋਂ ਇਲਾਵਾ ਮੈਮਰੀ ਲਈ ਸਰਕਟਰੀ ਤੇ ਚੁੰਬਕੀ ਡਰਮ ਜਿਹਨੂੰ ਮੈਗਨੈਟਿਕ ਡਰਮ ਆਪਾਂ ਕਹਿ ਦਿੰਦੇ ਹਾਂ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਕਾਦੇ ਵਾਸਤੇ ਅਲੱਗ ਤੋਂ ਇਹ ਇੱਕ ਐਡ ਕਰਨਾ ਪੈਂਦਾ ਸੀ ਕੰਪਿਊਟਰਾਂ ਵਿੱਚ ਤਾਂ ਕਿ ਆਪਾਂ ਮੈਮਰੀ ਜਾਂ ਸਟੋਰੇਜ ਕ੍ਰੀਏਟ ਕਰ ਸਕੀਏ ਠੀਕ ਹੈ ਚੁੰਬਕੀ ਡਰਮ ਵੈਰੀ ਇੰਪੋਰਟੈਂਟ ਹੈ ਵੀ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋਇਆ ਪੁਆਇੰਟ ਇਸ ਤੋਂ ਬਾਅਦ ਗੱਲ ਕਰੀਏ ਕੰਪਿਊਟਰ ਵਿੱਚ ਪ੍ਰੋਗਰਾਮਿੰਗ ਲਈ ਮਸ਼ੀਨੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ ਦੇਖੋ ਜਿਹੜੀ ਮਸ਼ੀਨੀ ਭਾਸ਼ਾ ਸੀ ਇਹ ਇਹ ਸਿਰਫ ਕੁਝ ਗਿਨੇ ਚੁਨੇ ਲੋਕ ਹੀ ਜਿਨ੍ਹਾਂ ਨੇ ਕੰਪਿਊਟਰ ਬਣਾਏ ਸੀ ਉਹੀ ਸਮਝ ਸਕਦੇ ਸੀ ਤਾਂ ਕਰਕੇ ਇਹ ਕਾਫੀ ਡਿਫਿਕਲਟ ਲੈਂਗੁਏਜ ਸੀ ਇਸ ਕਰਕੇ ਇਸ ਵਿੱਚ ਸਿਰਫ ਮਸ਼ੀਨੀ ਭਾਸ਼ਾ ਯੂਜ਼ ਕੀਤੀ ਗਈ ਸੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਇਹ ਚਲਾਉਣ ਲਈ ਬਹੁਤ ਮਹਿੰਗੇ ਸਨ ਇਸ ਤੋਂ ਇਲਾਵਾ ਬਹੁਤ ਸਾਰੀ ਬਿਜਲੀ ਦੀ ਵਰਤੋਂ ਕਰਦੇ ਸੀ ਤੇ ਬਹੁਤ ਗਰਮੀ ਪੈਦਾ ਕਰਦੇ ਕਰਦੀ ਸੀ ਹੁਣ ਮਹਿੰਗੇ ਤਾਂ ਹੋਣਗੇ ਦੇਖੋ ਬਿਜਲੀ ਵੀ ਕ੍ਰੀਏਟ ਕਰਦੀ ਹੁਣ ਗਰਮੀ ਵੀ ਇਹਨਾਂ ਨੇ ਕ੍ਰੀਏਟ ਕਰਦੀ ਹੁਣ ਗਰਮੀ ਕੰਪਿਊਟਰ ਨੂੰ ਕੀ ਹੈ ਏਸੀ ਦੀ ਜ਼ਰੂਰਤ ਹੁੰਦੀ ਹੈ ਵੀ ਗਰਮ ਨੂੰ ਠੰਡਾ ਕਰਨ ਵਾਸਤੇ ਏਸੀ ਵੀ ਐਡ ਕਰਨੇ ਲਗਾਉਣੇ ਪੈਂਦੇ ਸੀ ਇਹਨਾਂ ਨੂੰ ਰੂਮ ਵਿੱਚ ਤਾਂ ਕਰਕੇ ਇਸ ਕਰਕੇ ਬਹੁਤ ਹੀ ਜ਼ਿਆਦਾ ਮਹਿੰਗੇ ਸੀ ਇਹ ਤੇ ਕਈ ਵਾਰ ਇਹ ਉਦਾਹਰਣਾਂ ਪੁੱਛ ਲਈ ਜਾਂਦੀ ਹੈ ਕਿ ਫਰਸਟ ਡੋਨੇਸ਼ਨ ਦੇ ਕੰਪਿਊਟਰਾਂ ਦੀ ਕੁਝ ਉਦਾਹਰਣਾਂ ਦੋ ਤਾਂ ਯੂਨੀਵੈਕ ਸੀ ਜਿਹੜਾ ਤੇ ਐਨਿਯੈਕ ਇਹ ਦੋ ਕੰਪਿਊਟਰ ਨੇ ਇਹ ਫਰਸਟ ਜਨਰੇਸ਼ਨ ਦੇ ਕੰਪਿਊਟਰ ਦੇ ਉਦਾਹਰਣਾਂ ਆ ਓਕੇ ਨੋਟ ਕਰ ਲਓ ਕਾਫੀ ਇੰਪੋਰਟੈਂਟ ਪੁਆਇ ਗੂਗਲ ਕਰੀਏ ਸੈਕਿੰਡ ਜਨਰੇਸ਼ਨ ਦੇ ਕੰਪਿਊਟਰਾਂ ਦੀ ਸੈਕਿੰਡ ਜਨਰੇਸ਼ਨ ਕੰਪਿਊਟਰ ਸਾਲ 1956 ਤੋਂ ਲੈ ਕੇ 1963 ਦੇ ਦੌਰਾਨ ਜਿਹੜੇ ਵੀ ਕੰਪਿਊਟਰ ਬਣੇ ਸੀ ਉਹਨਾਂ ਨੂੰ ਸੈਕਿੰਡ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਰੱਖਿਆ ਜਾਂਦਾ ਠੀਕ ਹੈ ਤੇ ਇਸ ਬਾਰੇ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਨੋਟ ਕਰੀਏ ਤਾਂ 트랜ਜ਼ਿਸਟਰਾਂ ਨੇ ਵੈਕਿਊਮ ਟਿਊਬ ਨੂੰ ਬਦਲਿਆ ਅਤੇ ਇਸ ਵਿੱਚ ਸ਼ਾਮਿਲ ਕੀਤਾ ਮਤਲਬ ਸੈਕਿੰਡ ਜਨਰੇਸ਼ਨ ਵਿੱਚ 트랜ਜ਼ਿਸਟਰ ਦੀ ਵਰਤੋਂ ਹੋਣ ਲੱਗੀ ਸੀ ਵੈਕਿਊਮ ਟਿਊਬ ਦੀ ਨਹੀਂ ਹੁੰਦੀ ਸੀ ਠੀਕ ਹੈ ਇਹ ਪੁਆਇੰਟ ਵੀ ਯਾਦ ਰੱਖੋ एग्जाम ਵਿੱਚ ਪੁੱਛਿਆ ਜਾਂਦਾ ਇਸ ਤੋਂ ਇਲਾਵਾ ਸੈਕੰਡ ਜਨਰੇਸ਼ਨ ਦੇ ਕੰਪਿਊਟਰ ਵਿੱਚ ਇਸ ਤੋਂ ਇਲਾਵਾ ਸੈਕੰਡ ਜਨਰੇਸ਼ਨ ਦੇ ਕੰਪਿਊਟਰ ਵਿੱਚ ਪ੍ਰੋਗਰਾਮਿੰਗ ਲਈ ਮਸ਼ੀਨੀ ਭਾਸ਼ਾ ਦੀ ਬਜਾਏ ਅਸੈਂਬਲੀ ਲੈਂਗੁਏਜ ਅਸੈਂਬਲੀ ਲੈਂਗੁਏਜ ਯੂਜ਼ ਹੋਣ ਲੱਗੀ ਸੀ ਅਸੈਂਬਲੀ ਲੈਂਗੁਏਜ ਦੀ ਕਿਹੜੀ ਸੀ ਫੋਰਟਾਨ ਤੇ ਕੋਵਲ ਇਹ ਦੋ ਲੈਂਗੁਏਜ ਯੂਜ਼ ਹੁੰਦੀ ਸੀ ਸੈਕੰਡ ਜਨਰੇਸ਼ਨ ਦੇ ਕੰਪਿਊਟਰ ਵਿੱਚ ਓਕੇ ਵੈਰੀ ਇੰਪੋਰਟੈਂਟ ਆ ਫੋਟਾਨ ਤੇ ਕੋਬਾਲ ਬਾਰੇ ਵੀ ਐਗਜ਼ਾਮ ਵਿੱਚ ਕੁਐਸਚਨ ਬਣਦੇ ਨੇ ਤਾਂ ਕਰਕੇ ਯਾਦ ਰੱਖਿਓ ਸੈਕੰਡ ਜਨਰੇਸ਼ਨ ਵਿੱਚ ਆਪਾਂ ਇਸ ਤੋਂ ਰੂਬਰੂ ਹੋਏ ਸੀ ਠੀਕ ਹੈ ਤੇ ਇਹ ਕਿਹੜੀ ਆ ਅਸੈਂਬਲੀ ਲੈਂਗੁਏਜ ਆ ਓਕੇ ਇਸ ਤੋਂ ਬਾਅਦ ਗੱਲ ਕਰੀਏ ਦੂਜੀ ਪੀੜੀ ਦੇ ਕੰਪਿਊਟਰ ਦੀ ਉਦਾਹਰਣ ਕਿਹੜੀ ਕਿਹੜੀ ਕਿਹੜੇ ਕੰਪਿਊਟਰ ਬਣੇ ਸੀ ਸੈਕੰਡ ਜਨਰੇਸ਼ਨ ਵਿੱਚ ਆਈਬੀਐਮ 1920 ਆਈਬੀਐਮ 7094 ਸੀਡੀਸੀ 1604 ਸੀਡੀਸੀ 3600 ਤੇ ਆਈਬੀਐਮ 1401 ਏ ਵੀ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕੋਈ ਵੀ ਉਦਾਹਰਨ ਜੋ ਸੈਕਿੰਡ ਜਨਰੇਸ਼ਨ ਦੇ ਕੰਪਿਊਟਰਾਂ ਦੀ ਇਸ ਤਰ੍ਹਾਂ ਕੁਐਸਚਨ ਪੁੱਟ ਕਰ ਦਿੰਦੇ ਨੇ ਓਕੇ ਇਹ ਵੀ ਨੋਟ ਕਰ ਲਓ ਤੇ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਲਈ ਜੇ ਤੁਸੀਂ ਕੰਪਿਊਟਰ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਇਕ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਫਿਰ ਤੁਸੀਂ ਜਸਟ 44 ਰਸ ਵਿੱਚ ਠੀਕ ਹੈ 44 ਰੁਪਈਆ ਵਿੱਚ ਤੁਸੀਂ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਈ ਕਰ ਸਕਦੇ ਹੋ ਇਹ ਕੁਐਸਚਨ ਸਿਰਫ ਵਨ ਲਾਈਨਰ ਨੇ ਵਨ ਲਾਈਨਰ ਕੁਐਸਚਨ ਨੇ ਤੇ ਜਿਵੇਂ ਇੱਕ ਕੁਐਸਚਨ ਹੈ ਤੇ ਨੀਚੇ ਇੱਕ ਆਨਸਰ ਹੈ ਠੀਕ ਹੈ ਇਸ ਤਰ੍ਹਾਂ ਦੇ ਕੁਐਸਚਨ ਨੇ ਕਾਫੀ ਕੈਂਡੀਡੇਟਸ ਨੇ ਇਹ ਪੀਡੀਐਫ ਫਾਈਲ ਆਲਰੇਡੀ ਬਾਈ ਕਰ ਲਈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਜ਼ਰੂਰ ਬਾਈ ਕਰ ਲਓ ओके सेकंड ਹੁਣ ਆਪਾਂ ਗੱਲ ਕਰੀਏ 3rd ਜਨਰੇਸ਼ਨ ਦੀ 3rd ਜਨਰੇਸ਼ਨ ਦੇ ਕੰਪਿਊਟਰ ਕਦੋਂ ਆਏ ਸੀ 1964 ਤੋਂ ਲੈ ਕੇ 1971 ਸਾਲ ਦੇ ਦੌਰਾਨ ਜਿਹੜੇ ਵੀ ਕੰਪਿਊਟਰ ਬਣੇ ਨੇ ਉਹਨਾਂ ਨੂੰ 3rd ਜਨਰੇਸ਼ਨ ਦੀ categories ਵਿੱਚ ਆਪਾਂ ਰੱਖਦੇ ਹਾਂ ਠੀਕ ਹੈ ਇਹ ਡੇਟ ਯਾਦ ਰੱਖਿਓ ਐਗਜ਼ਾਮ ਵਿੱਚ ਪੱਕਾ ਇੱਕ ਨਾ ਇੱਕ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਡੇਟ ਦੇ ਰਿਗਾਰਡਿੰਗ ਇਸ ਤੋਂ ਬਾਅਦ ਗੱਲ ਕਰੀਏ ਇਸ ਵਿੱਚ ਕੀ ਇੰਪੋਰਟੈਂਟ ਚੀਜ਼ਾਂ ਸੀ ਜਿਹੜੇ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਤਾਂ ਤੀਜੀ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ 트랜ਜ਼ਿਸਟਰਾਂ ਦੀ ਜਗ੍ਹਾ ਤੇ ਇੰਟੀਗ੍ਰੇਟਡ ਚਿਪ ਜਿਹਨੂੰ ਆਪਾਂ IC ਕਹਿੰਦੇ ਹਾਂ ਨਾ ਇਹ ਯੂਜ਼ ਹੋਣ ਲੱਗੇ ਸੀ ਇੰਟੀਗ੍ਰੇਟਡ ਚਿਪ ਹੋਈ ਸੀ 3rd ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਓਕੇ ਤੇ ਇਸ ਤੋਂ ਇਲਾਵਾ ਇਸ ਵਿਕਾਸ ਨੇ ਕੰਪਿਊਟਰਾਂ ਦਾ ਕਾਰਜ ਛੋਟਾ ਕਰ ਦਿੱਤਾ ਭਰੋਸੇਮੰਦ ਕਰ ਦਿੱਤਾ ਕੁਸ਼ਲ ਬਣਾ ਦਿੱਤਾ ਠੀਕ ਹੈ ਇਸ ਪੀੜੀ ਵਿੱਚ ਰਿਮੋਟ ਪ੍ਰੋਸੈਸਿੰਗ ਦੇਖੋ ਇਗਜ਼ਾਮ ਵਿੱਚ ਇਹ ਪੁਆਇੰਟ ਪੁੱਛਿਆ ਗਿਆ ਸੀ ਰਿਮੋਟ ਪ੍ਰੋਸੈਸਿੰਗ ਨਾਲ ਆਪਾਂ ਕਦੋਂ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਰੂਬਰੂ ਹੋਏ ਸੀ ਤਾਂ 3rd ਜਨਰੇਸ਼ਨ ਯਾਦ ਰੱਖੋ 3rd ਜਨਰੇਸ਼ਨ ਵਿੱਚ ਆਪਾਂ ਨੂੰ ਰਿਮੋਟ ਯੂਜ਼ ਕਰਨ ਦਾ ਵੀ ਆਗੇਸ ਮਤਲਬ ਕਿ ਬਰਤਨ ਨੂੰ ਆਪਾਂ ਨੂੰ ਮਿਲ ਗਿਆ ਸੀ ਰਿਮੋਟ ਠੀਕ ਹੈ ਜਿਵੇਂ ਆਪਾਂ ਟੀਵੀ ਯੂਜ਼ ਕਰਦੇ ਹਾਂ ਇਹ ਥਰਡ ਜਨਰੇਸ਼ਨ ਦਾ ਹੀ ਕਮਾਲ ਇਸ ਤੋਂ ਇਲਾਵਾ ਟਾਈਮ ਸ਼ੇਅਰਿੰਗ ਵੀ ਹੋ ਗਿਆ ਸੀ ਆਪਣੇ ਰੂਬਰੂ ਤੇ ਮਲਟੀ ਪ੍ਰੋਗਰਾਮਿੰਗ ਜਿਵੇਂ ਆਪਾਂ ਮਲਟੀ ਪ੍ਰੋਗਰਾਮਿੰਗ ਕੀ ਹੁੰਦਾ ਆਪਾਂ ਇੱਕ ਮੋਬਾਈਲ ਵਿੱਚ ਲਗਾ ਲਓ ਆਪਾਂ ਫੋਨ ਵੀ ਦੇਖ ਗਾਣੇ ਵੀ ਸੁਣ ਸਕਦੇ ਹਾਂ ਤੇ ਟਾਈਪ ਵੀ ਕਰ ਸਕਦੇ ਹਾਂ ਇਹ ਮਲਟੀ ਪ੍ਰੋਗਰਾਮਿੰਗ ਦੇ ਉਦਾਹਰਣ ਹੁੰਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ኦਪਰੇਟਿੰਗ ਸਿਸਟਮ ਦੀ ਵੀ ਵਰਤੋਂ ਹੋਣ ਲੱਗੀ ਸੀ ਕਦੋਂ ਥਰਡ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਓਕੇ ਇਹ ਇੰਪੋਰਟੈਂਟ ਪੁਆਇੰਟ ਨੇ ਤੇ ਇਸ ਵਿੱਚ ਹਾਈ ਲੈਵਲ ਲੈਂਗੁਏਜ ਉੱਚ ਪੱਧਰੀ ਭਾਸ਼ਾ ਵਰਤੀ ਗਈ ਸੀ ਤੇ ਇਹ ਹਾਈ ਲੈਵਲ ਲੈਂਗੁਏਜ ਕਿਹੜੀ ਹੈ ਇਹ ਵੀ ਯਾਦ ਰੱਖਿਓ ਠੀਕ ਹੈ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਫੋਰਟਨ 2 ਤੋਂ ਲੈ ਕੇ ਫੋਰਟਨ 5 ਤੱਕ ਠੀਕ ਹੈ ਇਸ ਤੋਂ ਬਾਅਦ ਕੋਵਲ ਪਾਸਕਲ ਪੀਐਲ ਠੀਕ ਹੈ ਇਸ ਤੋਂ ਲਾਪੇ ਪੀਐਲ 1 ਬੇਸਿਕ ਐਲਗੋਲ ਇਹ ਪੰਜ ਲੈਂਗੁਏਜ ਨੇ ਜੋ ਹਾਈ ਲੈਵਲ ਲੈਂਗੁਏਜ ਨੇ ਠੀਕ ਹੈ ਐਗਜ਼ਾਮ ਵਿੱਚ ਇਹ ਨਾਮ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲਣਗੇ ਯਾਦ ਰੱਖ ਲਿਓ ਤੇ ਦੋਸਤੋ ਇੱਕ ਰਿਕੁਐਸਟ ਹੈ ਦੇਖੋ ਯਾਰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹਨਾ ਜੇ ਤੁਸੀਂ ਲਾਈਕ ਨਹੀਂ ਕਰੋਗੇ ਤਾਂ ਮੈਂ ਮੋਟੀਵੇਟ ਨਹੀਂ ਹੋਵਾਂਗਾ ਤੇ ਮੈਂ ਮੋਟੀਵੇਟ ਨਹੀਂ ਹੋਵਾਂਗਾ ਤਾਂ ਹੋਰ ਵਧੀਆ ਵਧੀਆ ਤੁਹਾਨੂੰ ਵੀਡੀਓ ਨਹੀਂ ਪ੍ਰੋਵਾਈਡ ਕਰਵਾ ਸਕਾਂਗਾ ਠੀਕ ਹੈ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਕਰ ਦਿਆ ਕਰੋ ਜੇ ਹੋ ਸਕੇ ਤਾਂ ਆਪਣੇ ਫਰੈਂਡ ਸਰਕਲ ਵਿੱਚ ਜਿੰਨੇ ਵੀ ਵਟਸਐਪ ਗਰੁੱਪ ਨੇ ਤੁਹਾਡੇ ਕੋਲ ਹਨਾ ਇੰਸਟਾਗ੍ਰam ਤੇ ਨੇ ਫੇਸਬੁਕ ਤੇ ਨੇ ਉੱਥੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਇਸ ਪੀੜੀ ਦੇ ਕੁਝ ਕੰਪਿਊਟਰ ਦੇ ਉਦਾਹਰਣ ਨੇ IBM 360 ਸੀਰੀਜ਼ ਹੈ एनिवल 6000 पीडीपी ठीक है इस ਤੋਂ ਲਾਵਾ IBM 370 ਤੋਂ 168 ਮਾਡਲ ਜਿਹੜੇ ਇਹ 3rd ਜਨਰੇਸ਼ਨ ਦੇ ਕੰਪਿਊਟਰਾਂ ਦੇ ਐਗਜ਼ਾਮਪਲ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ 4th ਜਨਰੇਸ਼ਨ 1979 ਤੋਂ ਲੈ ਕੇ 1980 ਦੇ ਦੌਰਾਨ ਜਿਹੜੇ ਕੰਪਿਊਟਰ ਬਣਾਈ ਉਹਨਾਂ ਨੂੰ 4th ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਰੱਖਿਆ ਜਾਂਦਾ ਤੇ ਇਸ ਦੇ ਕੁਝ ਇੰਪੋਰਟੈਂਟ ਪੁਆਇੰਟ ਦੀ ਗੱਲ ਕਰੀਏ ਇੱਥੇ ਕੀ ਹੋਇਆ ਜਿਹੜੀ ਚੌਥੀ ਪੀੜ੍ਹੀ ਆ ਗਈ ਆਪਣੀ ਕੰਪਿਊਟਰ ਦੀ ਇਸ ਵਿੱਚ ਵੱਡੇ ਪੈਮਾਨੇ ਤੇ ਵੈਰੀ ਲਾਰਜ ਸਕੇਲ ਆਈਸੀ ਜਿਹੜੇ ਵੈਰੀ ਲਾਰਜ ਸਕੇਲ ਇੰਟੀਗ੍ਰੇਟਡ ਚਿਪ ਸਰਕਟਾਂ ਯਾਨੀ ਯੂਜ਼ ਹੋਣ ਲੱਗੀਆਂ ਠੀਕ ਹੈ ਵੀ ਐਲ ਐਸ ਆਈ ਯੂਜ਼ ਹੋਣ ਲੱਗੀ ਠੀਕ ਹੈ ਇਹ ਜਿਹੜੇ ਵੀ ਐਲ ਐਸ ਆਈ ਸੀ ਸਰਕਟ ਲਗਭਗ 5000 트랜ਜ਼ਿਸਟਰ ਅਤੇ ਹੋਰ ਸਰਕਟ ਤੱਤ ਤੇ ਇੱਕ ਸਿੰਗਲ ਚਿਪ ਉੱਤੇ ਹਨ ਮਤਲਬ ਇੱਕ ਚਿਪ ਹੁੰਦੀ ਹੈ ਤੁਸੀਂ ਦੇਖੀ ਹੋਵੇ ਕਿਸ ਤਰ੍ਹਾਂ ਦੀ ਆਪਣੇ ਟੀਵੀ ਮੋਬਾਈਲ ਸਾਰੇ ਵਿੱਚ ਇੱਕ ਚਿਪ ਹੁੰਦੀ ਹੈ ਇਹਨਾਂ ਦੇ ਉੱਪਰ ਛੋਟੇ ਛੋਟੇ ਟਰਾਂਜ਼ਿਸਟਰ ਬਣੇ ਹੁੰਦੇ ਨੇ ਇਸ ਤਰ੍ਹਾਂ ਦੇ ਹਨ ਕਨੈਕਸ਼ਨ ਦਿੱਤੇ ਹੁੰਦੇ ਨੇ ਤਾਂ ਇਸ ਚੀਜ਼ ਨੂੰ ਆਪਾਂ ਨੂੰ ਰੂਬਰੂ ਕਦੋਂ ਹੋਇਆ ਆਪਾਂ 4th ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਹੋਏ ਸੀ ਠੀਕ ਹੈ ਇਹ ਪੁਆਇੰਟ ਵੀ ਯਾਦ ਰੱਖ ਲਿਓ ਇਸ ਤੋਂ ਲਗਾਂ नेक्स्ट ਪੁਆਇੰਟ ਦੀ ਗੱਲ ਕਰੀਏ ਚੌਥੀ ਪੀੜ੍ਹੀ ਦੇ ਕੰਪਿਊਟਰ ਬਧੇ ਰੇਸ਼ਕਤੀਸ਼ਾਲੀ ਸੰਕੇਤ ਪ੍ਰੋਸਸਮਨ ਤੇ ਕਿਫਾਇਤੀ ਬਣ ਗਏ ਨੇ ਤੀਜੇ ਵੱਜੋਂ ਕੀ ਪਰਸਨਲ ਕੰਪਿਊਟਰ ਹੋਣ ਦੇ ਵਿੱਚ ਆਏ ਇਗਜ਼ਾਮ ਵਿੱਚ ਇੱਕ ਕੁਐਸਚਨ ਵੀ ਦੇਖਣ ਨੂੰ ਮਿਲਿਆ ਹੈ ਕਿ ਪਰਸਨਲ ਪੀਸੀ ਜਿਹੜੀ ਨੂੰ ਜਿਹਨੂੰ ਆਪਾਂ ਪੀਸੀ ਕਹਿੰਦੇ ਨੇ ਇਹ ਕਿਹੜੇ ਜਨਰੇਸ਼ਨ ਦੇ ਕੰਪਿਊਟਰ ਵਿੱਚ ਆਪਾਂ ਨੂੰ ਵਰਤਣ ਨੂੰ ਮਿਲੇ ਤਾਂ ਠੀਕ ਹੈ ਯਾਦ ਰੱਖੋ ਚੌਥੀ ਜਨਰੇਸ਼ਨ ਦੇ ਕੰਪਿਊਟਰ ਸੀ ਵੈਰੀ ਇੰਪੋਰਟੈਂਟ ਐਗਜ਼ਾਮ ਵਿੱਚ ਇਸ ਤਰ੍ਹਾਂ ਦੇ ਘੁਮਾ ਫੇਰਾ ਕੇ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਇਸ ਪੀੜੀ ਵਿੱਚ ਸਾਰੀ ਉੱਚ ਪੱਧਰੀ ਭਾਸ਼ਾਵਾਂ ਹਾਈ ਲੈਵਲ ਲੈਂਗੁਏਜ ਸੀ ਜਿਹੜੀਆਂ ਠੀਕ ਹੈ ਜਿਵੇਂ ਕਿ ਸੀ ਸੀ ਪਲੱਸ ਪਲੱਸ ਤੇ ਡੀ ਵੇਸ ਇਸ ਤਰ੍ਹਾਂ ਦੀ ਭਾਸ਼ਾ ਮਾਂ ਆਪਾਂ ਨੂੰ ਯੂਜ਼ ਕਰਨ ਲਈ ਮਿਲੀਆਂ ਸੀ ਤੇ ਇਸ ਪੀੜੀ ਦੇ ਕੁਝ ਕੰਪਿਊਟਰਾਂ ਦੇ ਉਦਾਹਰਣ ਇਹ ਨੋਟ ਕਰ ਲਓ ਇਗਜ਼ਾਮ ਵਿੱਚ ਉਦਾਹਰਣਾਂ ਪੁੱਛੀ ਜਾਂਦੀਆਂ ਨੇ ਸਟਾਰ 1000, ਪੀਡੀਪੀ 11, ਕ੍ਰੇਵਨ ਸੁਪਰ ਕੰਪਿਊਟਰ ਸੀ ਜਿਹੜਾ ਤੇ ਕ੍ਰੇ ਐਕਸ ਐਮ ਪੀ ਇਹ ਚਾਰ ਕੰਪਿਊਟਰ ਆਪਾਂ ਨੂੰ 4th ਜਨਰੇਸ਼ਨ ਵਿੱਚ ਬਰਥਰੋਨ ਨੂੰ ਮਿਲੇ ਸੀ ਓਕੇ ਇਸ ਤੋਂ ਬਾਅਦ ਗੱਲ ਕਰੀਏ 5th ਜਨਰੇਸ਼ਨ ਦੇ ਕੰਪਿਊਟਰਾਂ ਦੀ ਸਾਲ 1980 ਤੋਂ ਬਾਅਦ ਅੱਜ ਤੱਕ ਜਿਹੜੇ ਕੰਪਿਊਟਰ ਆਪਾਂ ਯੂਜ਼ ਕਰ ਰਹੇ ਆ ਉਹਨਾਂ ਨੂੰ 5th ਜਨਰੇਸ਼ਨ ਦੇ ਕੰਪਿਊਟਰ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ ਇਸ ਦੇ ਮੇਨ ਪੁਆਇੰਟ ਦੀ ਗੱਲ ਕਰੀਏ ਕਿ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਪੰਜਵੀਂ ਪੀੜ੍ਹੀ ਵਿੱਚ ਕੀ VLSI ਟੈਕਨੋਲੋਜੀ ਨੂੰ ਛੱਡ ਕੇ ਆਪਾਂ ULSI ਜਿਹਨੂੰ আলਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਕਿਹਾ ਜਾਂਦਾ ਹੈ ULSI ਦੀ ਫੁੱਲ ਫਾਰਮ ਵੀ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋਈ ਹੈ ਯਾਦ ਰੱਖਿਓ ULSI ਦੀ ਫੁੱਲ ਫਾਰਮ ਹੈ আলਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਟੈਕਨੋਲੋਜੀ ਬਣ ਗਈ ਠੀਕ ਹੈ VLSI ਆਪਾਂ 4th ਜਨਰੇਸ਼ਨ ਵਿੱਚ ਯੂਜ਼ ਕਰ ਲਿਆ ਤੇ ਉਸ ਤੋਂ ਬਾਅਦ ਇਸ ਨੂੰ ਅਪਗ੍ਰੇਡ ਕਰਕੇ ULSI ਵਿੱਚ ਕਨਵਰਟ ਕਰ ਦਿੱਤਾ ਠੀਕ ਹੈ ਇਸ ਦੇ ਨਤੀਜੇ ਵਜੋਂ 10 ਮਿਲੀਅਨ ਇਲੈਕਟ੍ਰੋਨਿਕ ਭਾਗ ਵਾਲੇ ਮਾਈਕਰੋ ਪ੍ਰੋਸੈਸਰ ਚਿਪ ਦਾ ਉਤਪਾਦਨ ਹੋਇਆ ਦੇਖੋ 10 ਮਿਲੀਅਨ ਇਸ ਤਰ੍ਹਾਂ ਦੇ ਉਸਤੇ ਚਿਪ ਦੇ 10 ਮਿਲੀਅਨ ਜਿਹੜੇ ਕੀ ਇਲੈਕਟ੍ਰੋਨ ਭਾਗਾਂ ਵਾਲੇ ਇੰਟੀਗ੍ਰੇਟਿਡ ਚਿਪ ਸੀ ਮਤਲਬ ਕਿ 트랜ਜ਼ਿਸਟਰ ਸੀ ਠੀਕ ਹੈ ਤੇ ਮਾਈਕਰੋ ਪ੍ਰੋਸੈਸਰ ਚਿਪ ਦਾ ਉਦਾਹਰਣ ਹੋ ਜਿਹੜੇ ਆਪਾਂ ਅੱਜ ਦੇ ਕੰਪਿਊਟਰ ਵਿੱਚ ਮਾਈਕਰੋ ਪ੍ਰੋਸੈਸਰ ਚਿਪ ਯੂਜ਼ ਕਰਦੇ ਆ ਇਸ ਦਾ ਉਦਾਰ ਉਤਪਾਦਨ ਹੋਇਆ ਠੀਕ ਹੈ ਸਿੰਪਲ ਜੀ ਗੱਲ ਇੱਥੇ ਕਿ ULSI ਇਹ ਪਹਿ ਯੂਜ਼ ਕਰਦੇ ਸੀ 5th ਜਨਰੇਸ਼ਨ ਵਿੱਚ ਠੀਕ ਹੈ ਤੇ ਆਪਾਂ ਨੂੰ ਮਾਈਕਰੋ ਪ੍ਰੋਸੈਸਰ ਚਿੱਪ ਬਣਤਣ ਨੂੰ ਮਿਲੀਆਂ ਇਸ ਤੋਂ ਬਾਅਦ ਗੱਲ ਕਰੀਏ ਇਹ ਪੀੜੀ ਸਮਾਂਤਰ ਪ੍ਰੋਸੈਸਿੰਗ ਜਿਹੜੀ ਪੈਰਲਲ ਪ੍ਰੋਸੈਸਿੰਗ ਹਾਰਡਵੇਅਰ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਇਹ ਇਸ ਤੋਂ ਜਾਣੂ ਹੋਏ ਆਪਾਂ ਤੇ AI ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਜਿਹੜਾ ਰੋਬੋਟਸ ਵਿੱਚ ਯੂਜ਼ ਹੁੰਦੀ ਨੇ ਰੋਬੋਟਸ ਵਿੱਚ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਰੋਬੋਟ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕੀ ਸੌਫਟਵੇਅਰ ਯੂਜ਼ ਹੁੰਦਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਹੁੰਦਾ ਠੀਕ ਹੈ ਇਸ ਤੋਂ ਆਪਾਂ ਜਾਣੂ ਹੋਏ ਇਸ ਤੋਂ ਇਲਾਵਾ ਸਾਰੀਆਂ ਉੱਚ ਪੱਧਰੀ ਭਾਸ਼ਾਵਾਂ માં ਜਿਵੇਂ ਸੀ ਸੀ ਪਲੱਸ ਪਲੱਸ ਜਾਵਾ .net ਇਸ ਤਰ੍ਹਾਂ ਦੀਆਂ ਭਾਸ਼ਾਵਾਂ માં ਆਪਾਂ ਨੂੰ ਵਰਤਣ ਨੂੰ ਮਿਲਿਆ ਠੀਕ ਹੈ ਇਸ ਤੋਂ ਇਲਾਵਾ ਇਸ ਪੀੜੀ ਦੇ ਕੁਝ ਕੰਪਿਊਟਰ ਨੇ ਐਗਜ਼ਾਮਪਲ ਨੇ ਡੈਸਕਟਾਪ ਹੋ ਗਿਆ ਲੈਪਟਾਪ ਹੋ ਗਿਆ ਬੁੱਕ ਹੋ ਗਿਆ ਜਿਵੇਂ ਆਈਮੈਕ ਆਪਾਂ ਪੈਡ ਯੂਜ਼ ਕਰਦੇ ਆ ਆਪਲ ਦੀ ਉਹ ਚੀਜ਼ ਹੋ ਗਈ ਅੰਟਰਾ ਬੁੱਕ ਹੋ ਗਈ ਇਹ ਸਾਰੀ ਇਗਜ਼ਾਮਪਲ ਨੇ 5th ਜੇਨਰੇਸ਼ਨ ਦੇ ਕੰਪਿਊਟਰਾਂ ਦੀ ਓਕੇ ਓਕੇ ਦੋਸਤੋ ਆਈ ਹੋਪ ਤੁਹਾਨੂੰ ਪੂਰੀ ਗੱਲ ਸਮਝ ਆ ਗਈ ਹੋਵੇਗੀ ਜੇਨਰੇਸ਼ਨ ਦੇ ਰਿਗਾਰਡਿੰਗ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਵੇਗਾ ਤੇ ਕੱਲ ਦੀ ਵੀਡੀਓ ਵਿੱਚ ਆਪਾਂ ਕੰਪਿਊਟਰਸ ਦੇ ਟਾਈਪ ਬਾਰੇ ਗੱਲ ਕਰਾਂਗੇ ਠੀਕ ਹੈ ਕਾਫੀ ਇੰਪੋਰਟੈਂਟ ਨੇ ਇਗਜ਼ਾਮ ਵਿੱਚ ਕੰਪਿਊਟਰ ਆਫ ਟਾਈਪਸ ਬਾਰੇ ਵੀ ਪੁੱਛਿਆ ਜਾਂਦਾ ਓਕੇ ਉਦੋਂ ਤੱਕ ਕਰਨਾ ਕੀ ਇਹ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਫੈਰਾ ਜਿਹਾ ਕਮੈਂਟ ਤੇ ਇੱਕ ਗੱਲ ਹੋਰ WhatsApp ਗਰੁੱਪ ਹੋਰ ਜੁਆਇਨ